ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦੇ ਨਾਲ ਸਾਂਝ ਪਾਉਣ ਦਾ। ਅੱਜ ਦੀ ਕਹਾਣੀ ਜਿਹਦੇ ਵਿੱਚ ਇੱਕ ਲੜਕਾ ਜਿਹੜਾ ਬਹੁਤ ਹੀ ਮਾਂ ਪਿਓ ਦਾ ਆਗਿਆਕਾਰ, ਬਹੁਤ ਇਮਾਨਦਾਰ, ਬਹੁਤ ਸਾਊ ਸੁਭਾਅ ਦਾ, ਹਰ ਇੱਕ ਦੇ ਆਖੇ ਲੱਗਣ ਵਾਲਾ, ਹਰ ਇੱਕ ਦੇ ਕੰਮ ਆਉਣ ਵਾਲਾ ਅਤੇ ਸਾਰੇ ਗਲੀ ਮੁਹੱਲੇ ਦੇ ਵਿੱਚ ਬਹੁਤ ਪਿਆਰ ਸਤਿਕਾਰ ਲੈਣ ਵਾਲਾ। ਅਕਸਰ ਹੀ ਲੋਕਾਂ ਦੇ ਮੂੰਹ ਨਿਕਲਦਾ ਕਿ ਜੇਕਰ ਪੁੱਤ ਹੋਵੇ ਤਾਂ ਇੱਦਾਂ ਦਾ, ਜਿਹਨੇ ਕਦੀ ਉੱਚੀ ਆਵਾਜ਼ ਦੇ ਵਿੱਚ ਗੱਲ ਨਹੀਂ ਕੀਤੀ, ਹਰ ਇੱਕ ਨੂੰ ਹੱਸ ਕੇ ਬੁਲਾਉਂਦਾ, ਮੁਸਕਰਾ ਕੇ ਮਿਲਦਾ। ਪਰ ਇਹਦਾ ਪਿਓ ਇਹਦੇ ਤੋਂ ਕੋਈ ਖਾਸ ਖੁਸ਼ ਨਹੀਂ ਸੀ ਨਜ਼ਰ ਆਉਂਦਾ। ਵਜ੍ਹਾ ਇਹ ਸੀ ਕਿ ਪਿਓ ਨੂੰ ਲੱਗਦਾ ਸੀ ਮੇਰੇ ਕੰਮਕਾਰ ਦੇ ਵਾਲੀ ਪੜ੍ਹਾਈ ਕਰੇ। ਪਿਓ ਡਾਕਟਰ ਹੋਣ ਦੇ ਕਰਕੇ ਪੁੱਤ ਨੂੰ ਵੀ ਹਮੇਸ਼ਾ ਤੋਂ ਹੀ ਡਾਕਟਰ ਬਣਾਉਣਾ ਚਾਹੁੰਦਾ ਸੀ। ਇਸ ਚੀਜ਼ ਦਾ ਪ੍ਰੈਸ਼ਰ ਲਗਾਤਾਰ ਦੋਵਾਂ ਦੇ ਉੱਤੇ ਬਣਿਆ ਰਹਿੰਦਾ। ਹਾਲਾਂਕਿ ਮਾਂ ਨੇ ਕਾਫੀ ਵਾਰ ਇਸ ਟੌਪਿਕ ਦੇ ਉੱਤੇ ਡਾਕਟਰ ਸਾਹਿਬ ਨੂੰ ਸਮਝਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਉਹਨਾਂ ਦੇ ਦਿਮਾਗ ਦੇ ਉੱਤੇ ਇੱਕੋ ਹੀ ਫਤੂਰ ਸਵਾਰ ਸੀ ਕਿ ਮੈਂ ਆਪਣੇ ਪੁੱਤ ਨੂੰ ਵੀ ਡਾਕਟਰ ਹੀ ਬਣਾਉਣਾ। ਹਾਲਾਂਕਿ ਪੁੱਤ ਕਾਫੀ ਇੰਟੈਲੀਜੈਂਟ ਮੰਨਿਆ ਜਾਂਦਾ ਸੀ ਸਕੂਲ ਦੇ ਵਿੱਚ ਵੀ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਜੈ ਦੋਵਾਂ ਦੀ ਆਪਸ ਦੇ ਵਿੱਚ ਚੱਲਦੀ ਰਹੀ। ਪੁੱਤ ਦੇ ਇੰਟਰਸਟ ਕੁਛ ਹੋਰ ਸੀ, ਪਿਓ ਕੁਛ ਹੋਰ ਚਾਹੁੰਦਾ ਸੀ। ਇਸੇ ਚੀਜ਼ ਨੂੰ ਲੈ ਕੇ ਆਖਿਰਕਾਰ ਪੁੱਤ ਨੇ ਇੱਕ ਦਿਨ ਗੋਡੇ ਟੇਕੇ ਅਤੇ ਪਿਓ ਦੇ ਨਾਲ ਬੈਠ ਕੇ ਜੋ ਚਾਹੁੰਦਾ ਉਹ ਕਰਨ ਦੀ ਮਨ ਦੇ ਵਿੱਚ ਠਾਣ ਲਈ। ਠੀਕ ਹੈ ਪਿਤਾ ਜੀ, ਮੈਂ ਜੋ ਤੁਸੀਂ ਚਾਹੁੰਦੇ ਹੋ ਉਹ ਕਰਨ ਦੇ ਲਈ ਤਿਆਰ ਹੈ। ਕੁਛ ਇੱਕ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਵੱਲੋਂ ਜ਼ਰੂਰ ਚਾਹੂੰਗਾ। ਇਹ ਉੱਪਰ ਵਾਲਾ ਕਮਰਾ ਮੈਨੂੰ ਦੇ ਦਿੱਤਾ ਜਾਵੇ, ਮੈਨੂੰ ਪਤਾ ਮੈਂ ਕੀ ਕਰ ਸਕਦਾ। ਮੈਂ ਤੁਹਾਨੂੰ ਇੰਨੀ ਦੇਰ ਦੇ ਵਿੱਚ ਡਾਕਟਰ ਬਣ ਕੇ ਵਿਖਾਵਾਂਗਾ। ਇਸ ਕਮਰੇ ਦੇ ਨਾਲ ਨਾਲ ਮੈਨੂੰ ਆਉਣ ਜਾਣ ਦੇ ਉੱਤੇ ਮੈਨੂੰ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਕੋਈ ਮੈਨੂੰ ਡਿਸਟਰਬ ਨਾ ਕਰੇ। ਮੈਂ ਜਿੰਨੀ ਦੇਰ ਪੜ੍ਹਨਾ ਚਾਹੁੰਦਾ ਉਨੀ ਦੇਰ ਮੈਂ ਪੜ੍ਹਾਂ, ਅਤੇ ਇੱਦਾਂ ਦੀਆਂ ਕੁਛ ਇੱਕ ਹੋਰ ਗੱਲਾਂ ਬਾਤਾਂ। ਕਹਿੰਦੇ ਨੇ ਉਸ ਦਿਨ ਤੋਂ ਬਾਅਦ ਗਲੀ ਮੁਹੱਲੇ ਦੇ ਵਿੱਚ ਕਦੀ ਵੀ ਕਿਸੇ ਨੇ ਉਸ ਮੁੰਡੇ ਨੂੰ ਨਹੀਂ ਵੇਖਿਆ, ਜਿੱਦਾਂ ਕਿਸੇ ਪਾਸੇ ਰੂਹ ਪੋਸ਼ ਹੋ ਗਿਆ ਹੋਵੇ। ਅਤੇ ਜਦੋਂ ਮਾਂ ਨੂੰ ਲੋਕ ਪੁੱਛਦੇ ਤਾਂ ਮਾਂ ਖੁਦ ਵੀ ਇਹ ਕਹਿੰਦੀ ਕਿ ਮੈਂ ਤਾਂ ਉਸ ਘਰ ਦੇ ਵਿੱਚ ਰਹਿ ਕੇ ਨਹੀਂ ਕਦੀ ਵੇਖਿਆ, ਬਹੁਤ ਘੱਟ ਵੇਖਦੀ ਹਾਂ, ਪਤਾ ਨਹੀਂ ਇਹੋ ਜਿਹੀ ਕਿਹੜੀ ਪੜ੍ਹਾਈ ਕਰੀ ਜਾਂਦਾ। ਸੋ ਖੂਬ ਮਿਹਨਤ ਕੀਤੀ ਇਸਨੇ, ਆਖਿਰਕਾਰ ਇੱਕ ਦਿਨ ਡਾਕਟਰ ਬਣ ਗਿਆ, ਡਿਗਰੀ ਲੈ ਲਈ। ਅਤੇ ਕਹਿੰਦੇ ਨੇ ਜਿਹੜੇ ਦਿਨ ਪੁੱਤ ਨੇ ਡਿਗਰੀ ਲਈ ਅਤੇ ਲਿਆ ਕੇ ਪਿਓ ਦੇ ਹੱਥ ਦੇ ਵਿੱਚ ਡਿਗਰੀ ਫੜਾਈ ਅਤੇ ਪਤਾ ਨਹੀਂ ਕੀ ਹੋਇਆ ਐਸਾ ਕਿ ਨਾਲ ਦੀ ਨਾਲ ਹੀ ਚੱਕਰ ਖਾ ਕੇ ਧਰਤੀ 'ਤੇ ਡਿੱਗ ਪਿਆ। ਹੋਸਪਿਟਲ ਲੈ ਕੇ ਗਏ, ਚੈੱਕਅਪ ਕੀਤਾ ਅਤੇ ਪਤਾ ਲੱਗਾ ਕਿ ਇਹ ਬੁਰੀ ਤਰ੍ਹਾਂ ਦੇ ਨਾਲ ਡਰੱਗਸ ਦਾ ਅਡਿਕਟਿਡ ਹੋ ਚੁੱਕਾ। ਉਸਦੇ ਕਮਰੇ ਵਿੱਚ ਜਾ ਕੇ ਛਾਣਬੀਣ ਕੀਤੀ ਗਈ ਅਤੇ ਪਤਾ ਲੱਗਾ ਕਿ ਜਿਹੜੀਆਂ ਉਹ ਕਿਤਾਬਾਂ ਅਤੇ ਹੋਰ ਸਮਾਨ ਖਾਣ ਪੀਣ ਦਾ ਆਪਣੇ ਪਿਓ ਦੇ ਹੱਥੋਂ ਹੀ ਮੰਗਵਾਉਂਦਾ ਰਿਹਾ, ਉਹਦੇ ਰਾਹੀਂ ਉਹਦੇ ਕਮਰੇ ਦੇ ਵਿੱਚ ਡਰੱਗਸ ਵੀ ਆਉਂਦੀਆਂ ਰਹੀਆਂ ਨੇ। ਯਾਨੀ ਕਿ ਪੜ੍ਹਨ ਦੇ ਲਈ, ਪੜ੍ਹਾਈ ਕਰਨ ਦੇ ਲਈ ਉਹਨੂੰ ਨਸ਼ਿਆਂ ਦਾ ਵੀ ਆਸਰਾ ਲੈਣਾ ਪਿਆ। ਸ਼ਾਇਦ ਇਸ ਕਰਕੇ ਕਿਉਂਕਿ ਇੱਕ ਚੈਲੰਜ ਦੇ ਵਜੋਂ ਕਈ ਗੱਲ ਨੂੰ ਲੈ ਕੇ ਉਹ ਨਿਰਧਾਰਿਤ ਸਮੇਂ ਦੇ ਵਿੱਚ ਡਾਕਟਰ ਬਣਨਾ ਚਾਹੁੰਦਾ ਸੀ, ਜਾਂ ਫਿਰ ਆਪਣੀ ਇੱਛਾ ਤੋਂ ਉਲਟ ਜਾ ਕੇ ਕੁਛ ਕਰ ਰਿਹਾ ਸੀ। ਇਸ ਕਰਕੇ ਉਹਦੇ ਵਿੱਚ ਮਨ ਲਾਉਣ ਦੇ ਲਈ ਉਹਨੂੰ ਡਰੱਗ ਚਾਹੀਦੀਆਂ ਸੀ। ਮੁੱਖ ਦੀ ਗੱਲ, ਪੁੱਤ ਡਾਕਟਰ ਤਾਂ ਬਣ ਗਿਆ ਪਰ ਨਾਲ ਦੀ ਨਾਲ ਨਸ਼ਈ ਵੀ ਬਣ ਗਿਆ। ਹੁਣ ਸੋਚਣ ਦੀ ਗੱਲ ਹੈ ਕਿ ਉਹ ਡਾਕਟਰ ਇਸ ਸਮਾਜ ਦੇ ਲਈ ਕਿੰਨਾ ਕੁ ਜ਼ਰੂਰੀ ਹੈ। ਇਹ ਧੱਕੇ ਦੇ ਨਾਲ ਬਣਾਇਆ ਗਿਆ ਡਾਕਟਰ ਉਸ ਪਰਿਵਾਰ ਦੇ ਲਈ ਕਿੰਨਾ ਕੁ ਜ਼ਰੂਰੀ ਹੈ। ਇੱਕ ਪਿਓ ਦੇ ਲਈ ਇੱਕ ਪੁੱਤ ਜ਼ਰੂਰੀ ਸੀ ਜਾਂ ਉਹਦਾ ਅਹੁਦਾ, ਉਹਦੀ ਜਿੱਦ ਜਾਂ ਉਹ ਡਾਕਟਰ ਜ਼ਰੂਰੀ ਸੀ? ਇਹ ਸਵਾਲ ਹਮੇਸ਼ਾ ਸਾਡੇ ਸਮਾਜ ਦੇ ਉੱਤੇ ਖੜ੍ਹੇ ਰਹਿਣਗੇ। ਹਮੇਸ਼ਾ ਅਲੱਗ ਅਲੱਗ ਪਰਿਵਾਰਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਵਾਲ ਅੱਜ ਵੀ ਖੜ੍ਹੇ ਨੇ।
ਡਾਕਟਰ ਨਾ ਸਹੀ ਤੇ ਕੁਛ ਹੋਰ, ਕੁਛ ਹੋਰ ਨਹੀਂ ਤੇ ਕੁਛ ਹੋਰ, ਕੁਛ ਨਾ ਕੁਛ ਤੇ ਜ਼ਰੂਰ ਸਾਡੇ ਵਿੱਚ ਚੱਲਦਾ ਰਹਿੰਦਾ। ਹਮੇਸ਼ਾ ਆਪਾਂ ਕਦੀ ਵੀ ਆਪਣੇ ਬੱਚਿਆਂ ਤੋਂ ਸੈਟੀਸਫਾਈ ਨਹੀਂ ਹੋ ਪਾਉਂਦੇ, ਨਾ ਸ਼ਾਇਦ ਸਾਡੇ ਮਾਪੇ ਸਾਡੇ ਤੋਂ ਹੋ ਪਾਏ ਹੋਣਗੇ, ਤੇ ਨਾ ਹੀ ਆਪਾਂ ਅੱਗੇ ਹੋਣਾ ਚਾਹੁੰਦੇ। ਆਖਿਰਕਾਰ ਇਹ ਕਹਾਣੀ ਕਿੱਥੇ ਜਾ ਕੇ ਰੁਕਦੀ ਹੈ, ਕਿਹਨੂੰ ਕਿਹੜੇ ਵੇਲੇ ਇਹ ਚੀਜ਼ ਸਮਝ ਆਉਂਦੀ ਹੈ, ਤੇ ਇਸ ਲਗਾਮ ਨੂੰ ਥੋੜ੍ਹਾ ਜਿਹਾ ਢਿੱਲਾ ਕੌਣ ਛੱਡਦਾ, ਇਹ ਵੇਖਣ ਵਾਲੀ ਜ਼ਰੂਰਤ ਹੈ। ਇੱਥੇ ਇਸ ਕਹਾਣੀ ਦੇ ਵਿੱਚੋਂ ਕੋਈ ਇਹ ਨਾ ਲਵੇ ਕਿ ਜੇ ਤੁਸੀਂ ਡਾਕਟਰੀ ਬਣਾਉਣਾ ਧੀ ਨੂੰ ਪੁੱਤ ਨੂੰ, ਇੰਜੀਨੀਅਰ ਹੀ ਬਣਾਉਣਾ ਵਾ ਜਾਂ ਹੋਰ ਕੋਈ ਵੱਡਾ ਅਹੁਦਾ, ਇੱਥੇ ਗੱਲ ਉਹ ਨਹੀਂ ਹੋ ਰਹੀ। ਕਈ ਵਾਰੀ ਨਿੱਕੀਆਂ ਨਿੱਕੀਆਂ ਜਿੱਦਾਂ ਵੀ ਹੁੰਦੀਆਂ ਨੇ ਸਾਡੀਆਂ, ਕੋਈ ਛੋਟੀਆਂ ਮੋਟੀਆਂ ਜਿਹੜੀਆਂ ਕੋਈ ਮਾਇਨੇ ਵੀ ਨਹੀਂ ਰੱਖਦੀਆਂ, ਸਿਰਫ ਸਾਡੀ ਜਿੱਦ ਹੁੰਦੀ ਆ, ਜਾਂ ਕਈ ਵਾਰੀ ਆਪਾਂ ਆਪ ਨਹੀਂ ਕਰ ਪਾਏ ਹੁੰਦੇ, ਉਹ ਆਪਾਂ ਚਾਹੁੰਦੇ ਹੁੰਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਦੇ ਵਿੱਚੋਂ ਉਹ ਚੀਜ਼ ਵੇਖੀਏ, ਬੱਚਿਆਂ ਕੋਲੋਂ ਉਹ ਚੀਜ਼ ਕਰਵਾਈਏ। ਪਰ ਜ਼ਰੂਰੀ ਨਹੀਂ ਕਿ ਤੁਹਾਡਾ ਬੱਚੇ ਦਾ ਵੀ ਉਹਦੇ ਵਿੱਚ ਇੰਟਰਸਟ ਹੋਵੇ। ਤੁਹਾਡਾ ਬੱਚਾ ਤੁਹਾਡੇ ਤੋਂ ਕਈ ਦਹਾਕੇ ਬਾਅਦ ਆਇਆ, ਹੁਣ ਸਮਾਂ ਕਾਫੀ ਬਦਲ ਚੁੱਕਾ, ਉਹਦੇ ਰੁਝਾਨ ਤੁਹਾਡੇ ਵਾਲੇ ਨਹੀਂ ਰਹੇ, ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ। ਸੋ ਕਦੀ ਵੀ ਆਪਣੇ ਬੱਚਿਆਂ ਦੇ ਉੱਤੇ ਕੁਛ ਥੋਪਣ ਦੀ ਬਜਾਏ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਸਮਝਾ ਕੇ, ਅਤੇ ਜੇ ਉਹਨਾਂ ਦਾ ਇੰਟਰਸਟ ਬਣੇ ਫਿਰ ਹੀ ਉਹਨਾਂ ਨੂੰ ਕਿਸੇ ਪਾਸੇ ਧੱਕਣਾ ਚਾਹੀਦਾ, ਚਾਹੇ ਉਹ ਪੜ੍ਹਾਈ ਦਾ ਮਸਲਾ ਹੋਵੇ ਅਤੇ ਚਾਹੇ ਜ਼ਿੰਦਗੀ ਦਾ ਕੋਈ ਹੋਰ ਖੇਤਰ। ਕੋਈ ਵੀ ਚੀਜ਼ ਸਾਨੂੰ ਕਿਸੇ ਦੇ ਉੱਤੇ, ਖਾਸ ਤੌਰ ਦੇ ਉੱਤੇ ਆਪਣੇ ਬੱਚਿਆਂ ਦੇ ਉੱਤੇ ਥੋਪਣੀ ਨਹੀਂ ਚਾਹੀਦੀ। ਆਸ ਕਰਦੇ ਹਾਂ ਜਿਹੜੇ ਇਸ ਸਟੇਜ 'ਤੇ ਨੇ ਉਹ ਜ਼ਰੂਰ ਧਿਆਨ ਦੇਣਗੇ, ਜਿਨ੍ਹਾਂ ਦੇ ਉੱਤੇ ਇਹ ਸਟੇਜ ਆਉਣੀ ਆ ਉਹ ਪੱਲੇ ਬੰਨ੍ਹ ਕੇ ਅੱਗੇ ਵਧਣਗੇ, ਕਿਉਂਕਿ ਇਹ ਹਰ ਇੱਕ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਕੰਮ ਆਉਣ ਵਾਲੀ ਕਹਾਣੀ ਆ। ਤੋਰਦੇ ਹਾਂ ਪ੍ਰੋਗਰਾਮ ਨੂੰ ਅਗਾਂਹ, ਦਿਨ ਤੁਹਾਡਾ ਵਧੀਆ ਰਹੇ।